ਤੇ ਟੈਸਟ ਪੈਨ ਇਹ ਫੁੱਲ ਚੱਗਦਾ ਜੀ ਠੀਕ ਹੈ ਜੀ ਹੁਣ ਜੇ ਮੈਂ ਇਹਨੂੰ ਇੱਥੋਂ ਹੱਥ ਲਗਾਉਂਗਾ ਮੈਨੂੰ ਹਲਕਾ ਜਾਂ ਕਰੰਟ ਲੱਗੂਗਾ ਵੇ ਤੇ ਮੱਧਮ ਹੋ ਰਿਹਾ ਹੈ ਇਹ ਵਾਲਾ ਆ ਦੇਖੋ ਮੈਨੂੰ ਥੋੜਾ ਕਰੰਟ ਲੱਗਦਾ ਪਿਆ ਆਈਫੋਨ ਵਾਲੀ ਡਾਟਾ ਕੇਬਲ ਹੈ ਤੇ ਜੇ ਮੈਂ ਇਹਦੇ ਵਿੱਚ ਲਗਾਉਂਗਾ ਦੇਖੋ ਜੀ ਇਹਦੇ ਵਿੱਚ ਵੀ ਇਹ ਫੁੱਲ ਚੱਗਦਾ ਪਿਆ ਟੈਸਟ ਪੈਨ ਯਾਨੀ ਜਿੰਨਾ ਕਰੰਟ ਆ ਉਹ ਇਹਦੇ ਵਿੱਚ ਵੀ ਆਊਗਾ ਸਤਿ ਸ੍ਰੀ ਅਕਾਲ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਆਪਾਂ ਲੈ ਕੇ ਆਏ ਹਾਂ ਜੀ ਹਰ ਘਰ ਦੇ ਨਾਲ ਸੰਬੰਧਤਾ ਕਸ ਤੋਂ ਪਹਿਲਾਂ ਮੈਂ ਤੁਹਾਨੂੰ ਆ ਚੀਜ਼ ਦਿਖਾਉਣੀ ਚਾਹਣਾ ਜੀ ਇਸ ਨੂੰ ਹਰ ਵਿਅਕਤੀ ਪਛਾਣ ਦਾ ਖਾਸ ਕਰਕੇ ਇਹ ਵਾਲੀ ਚੀਜ਼ ਜਿੰਨੇ ਵੀ ਬਿਜਲੀ ਵਾਲੇ ਮਿਸਤਰੀ ਜਾਂ ਰਿਪੇਅਰ ਕਰਨ ਵਾਲੇ ਉਹਨਾਂ ਦੀ ਜੇਬ ਦੇ ਵਿੱਚ ਟੰਗਿਆ ਹੁੰਦਾ ਜੀ ਤੇ ਜ਼ਿਆਦਾਤਰ ਆਪਾਂ ਇਹੋ ਵੀ ਕਹਿ ਸਕਦੇ ਹਾਂ ਵੀ 80% ਘਰਾਂ ਦੇ ਵਿੱਚ ਇਹ ਰੱਖੇ ਵੀ ਹੁੰਦੇ ਆ ਜੀ ਕਿਉਂਕਿ ਇਹ ਤੋਂ ਦੋ ਕੰਮ ਲਏ ਜਾਂਦੇ ਆ ਇੱਕ ਤਾਂ ਪੇਚ ਖੋਲਣ ਕੱਸਣ ਦਾ ਤੇ ਦੂਜਾ ਕਿਸੇ ਵੀ ਚੀਜ਼ ਦੇ ਵਿੱਚ ਕਰੰਟ ਆ ਰਿਹਾ ਜਾਂ ਨਹੀਂ ਆ ਰਿਹਾ ਉਹਨੂੰ ਦੇਖਣ ਦੇ ਲਈ ਇਹ ਵਾਲਾ ਕੰਮ ਦੇ ਵਿੱਚ ਲਿਆ ਜਾਂਦਾ ਜੀ ਇਸ ਨੂੰ ਟੈਸਟਰ ਕਹਿੰਦੇ ਆ ਤੇ ਆਮ ਆਪਾਂ ਟੈਸਟ ਪੈਨ ਵੀ ਕਹਿ ਦਿੰਨੇ ਆ ਜੀ ਕਾਫੀ ਅਜਿਹੀਆਂ ਚੀਜ਼ਾਂ ਹੁੰਦੀਆਂ ਜਿਹਦੇ ਉੱਪਰ ਜਦੋਂ ਅਸੀਂ ਇਹ ਟੈਸਟ ਪੈਨ ਲਗਾਉਨੇ ਆ ਉਦੋਂ ਇਹ ਟੈਸਟ ਪੈਨ ਜਗਦਾ ਪਰ ਉਹ ਚੀਜ਼ ਤੋਂ ਆਪਾਂ ਨੂੰ ਕਰੰਟ ਨਹੀਂ ਲੱਗਦਾ ਦੇਖੋ ਬਿਜਲੀ ਦਾ ਕੰਮ ਆ ਸਾਵਧਾਨੀ ਰੱਖਣੀ ਚਾਹੀਦੀ ਆ ਇਹ ਵਧੀਆ ਚੀਜ਼ ਆ ਇਹਦੇ ਨਾਲ ਆਪਾਂ ਨੂੰ ਅੰਦਾਜ਼ਾ ਹੋ ਜਾਂਦਾ ਵੀ ਇਸ ਚੀਜ਼ 'ਚ ਕਰੰਟ ਹੈ ਜਾਂ ਨਹੀਂ ਹੈ ਪਰ ਕਈ ਜਗ੍ਹਾ ਅਜਿਹੀਆਂ ਹੁੰਦੀਆਂ ਜਿੱਥੇ ਕਿ ਇਹਦਾ ਜਿਹੜਾ ਬਿਨਾ ਵਜੇ ਇਹ ਜਗ ਪੈਂਦਾ ਬਿਨਾ ਵਜੇ ਨਹੀਂ ਜਗਦਾ ਹੁੰਦਾ ਅਸਲ ਦੇ ਵਿੱਚ ਉਹ ਲੀਕੇਜ ਕਰੰਟ ਹੁੰਦਾ ਜੀ ਲੀਕੇਜ ਕਰੰਟ ਕਾਦੇ ਵਜੋਂ ਜ਼ਿਆਦਾ ਆਉਂਦਾ ਦੇਖੋ ਇਹ ਦੋ ਤਰ੍ਹਾਂ ਦਾ ਕਰੰਟ ਹੋ ਸਕਦਾ ਇਹਦੇ ਤੇ ਕਦੇ ਵੀ ਤੁਸੀਂ ਭਰੋਸਾ ਨਹੀਂ ਕਰਨਾ ਮਤਲਬ ਕਿ ਇਹ ਨਾ ਹੋਵੇ ਵੀ ਤੁਸੀਂ ਇਹ ਦੇਖੋ ਕਿ ਯਾਰ ਇਹ ਮੱਧਮ ਜਿਹਾ ਜਗਦਾ ਤੇ ਇਹਦੇ ਵਿੱਚ ਕਰੰਟ ਨਹੀਂਗਾ ਜਾਂ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਇਹ ਜਗਦਾ ਤੇ ਇਹਦੇ ਵਿੱਚ ਕਰੰਟ ਹੈਗਾ ਦੋਨੋਂ ਚੀਜ਼ਾਂ ਹੀ ਹੋ ਸਕਦੀਆਂ ਇਹ ਆਪਾਂ ਇਸ ਵੀਡੀਓ 'ਚ ਅੱਗੇ ਦੱਸਾਂਗੇ ਕਿ ਕਿਸ ਤਰ੍ਹਾਂ ਆਪਾਂ ਬਚਣਾ ਵੀ ਇਸ ਚੀਜ਼ ਤੋਂ ਲਓ ਜੀ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਪ੍ਰੈਸ ਤੇ ਟੈਸਟ ਪੈਨ ਨੂੰ ਲਗਾ ਕੇ ਤੁਹਾਨੂੰ ਦਿਖਾਉਨੇ ਆ ਆ ਪ੍ਰੈਸ ਆਪਣੀ ਚਾਲੂ ਆ ਤੇ ਮੈਂ ਇਹਦੇ ਬੇਸ ਪਲੇਟ ਤੇ ਲਗਾ ਰਿਹਾ ਜੀ ਔਨ ਕਰਤੀ ਤੇ ਆ ਤੁਸੀਂ ਵੇਖ ਰਹੇ ਹੋ ਜੀ ਲਓ ਜੀ ਪ੍ਰੈਸ ਤੇ ਆਪਾਂ ਲਗਾਇਆ ਤੇ ਬਾਅਦ ਆਪਾਂ ਫਰੈਜ ਤੇ ਤੁਹਾਨੂੰ ਦਿਖਾਉਨੇ ਆ ਤੇ ਫਰੈਜ ਦੇ ਗਾਹੋਂ ਤਾਂ ਪੇਂਟ ਹੋਇਆ ਵਾ ਹੈ ਨਹੀਂ ਗਾ ਤੇ ਮੇਰੇ ਜਿਹੜੇ ਪੈਰ ਆ ਉਹ ਨੰਗੇ ਆ ਇਸ ਸਮੇਂ ਤੁਸੀਂ ਵੇਖ ਰਹੇ ਹੋ ਮੈਂ ਪੈਰਾਂ ਦੇ ਵਿੱਚ ਕੁਝ ਵੀ ਨਹੀਂ ਪਾਇਆ ਹੋਇਆ ਤੇ ਇਸ ਜਗ੍ਹਾ ਦੇ ਉੱਪਰ ਮੈਂ ਆ ਦੇਖੋ ਲਗਾਉਂਗਾ ਤੇ ਟੈਸਟ ਪੈਨ ਇਹ ਫੁੱਲ ਚੱਗਦਾ ਜੀ ਠੀਕ ਹੈ ਜੀ ਹੁਣ ਜੇ ਮੈਂ ਇਹਨੂੰ ਇੱਥੋਂ ਹੱਥ ਲਗਾਉਂਗਾ ਮੈਨੂੰ ਹਲਕਾ ਜਿਹਾ ਕਰੰਟ ਲੱਗੂਗਾ ਵੇ ਤੇ ਮੱਧਮ ਹੋ ਰਿਹਾ ਇਹ ਵਾਲਾ ਆ ਦੇਖੋ ਮੈਨੂੰ ਥੋੜਾ ਜਿਹਾ ਕਰੰਟ ਲੱਗਦਾ ਪਿਆ ਠੀਕ ਹੈ ਜੀ ਉਸ ਤੋਂ ਬਾਅਦ ਆਪਣੇ ਕੋਲੇ ਇੱਥੇ ਕੰਪਿਊਟਰਾਂ ਦੇ ਕੰਪਿਊਟਰ ਦਾ ਜਿਹੜਾ CPU ਆ ਇਹਦੇ ਵਿੱਚ ਅਕਸਰ ਹੀ ਜਿੰਨਾ ਘਰਾਂ ਦੇ ਵਿੱਚ CPU ਹੈਗੇ ਆ ਜਦੋਂ ਉਹ ਇਸ ਚੀਜ਼ ਨੂੰ ਹੱਥ ਲਗਾਉਂਦੇ ਆ ਨੰਗੇ ਪੈਰੀ ਉਹਨਾਂ ਨੂੰ ਕਰੰਟ ਲੱਗਦਾ ਆ ਦੇਖੋ ਜੀ ਇਸ ਤਰ੍ਹਾਂ ਟੈਸਟ ਪੈਨ ਜਗਦਾ ਤੇ ਆਹ ਵਾਲੀ ਤੁਸੀਂ ਵੇਖ ਰਹੇ ਹੋ ਕਿ ਇੱਥੇ ਮੇਰੇ ਕੋਲੇ ਆਈਫੋਨ ਵਾਲੀ ਡਾਟਾ ਕੇਬਲ ਹੈ ਤੇ ਜੇ ਮੈਂ ਇਹਦੇ ਵਿੱਚ ਲਗਾਉਂਗਾ ਦੇਖੋ ਜੀ ਇਹਦੇ ਵਿੱਚ ਵੀ ਇਹ ਫੁੱਲ ਜਗਦਾ ਪਿਆ ਟੈਸਟ ਪੈਨ ਯਾਨੀ ਜਿੰਨਾ ਕਰੰਟ ਆ ਉਹ ਇਹਦੇ ਵਿੱਚ ਵੀ ਆਊਗਾ ਇਸ ਤੋਂ ਅੱਗੇ ਤੁਹਾਨੂੰ ਦਿਖਾਉਣਾ ਮੈਂ ਇਸ ਤੋਂ ਬਾਅਦ ਤੁਸੀਂ microwaves ਵੇਖ ਰਹੇ ਹੋ ਤੇ microwaves ਚਲੋ ਅੱਗੋਂ ਤਾਂ ਇਹ ਬੰਦ ਆ ਤੇ ਮੈਂ ਇਹਦੇ ਬੈਕ ਸਾਈਡ ਆਉਂਗਾ ਇੱਥੇ ਤੇ ਇੱਥੇ ਦੇਖੋ ਜੀ ਤੁਸੀਂ ਟੈਸਟ ਪੈਨ ਇਹ ਫੁੱਲ ਜਗਦਾ ਪਿਆ ਠੀਕ ਹੈ ਜੀ ਆਪਾਂ ਪੱਖੇ ਤੇ ਚੈੱਕ ਕਰਦੇ ਹਾਂ ਠੀਕ ਹੈ ਜੀ ਪੱਖੇ ਤੇ ਜਗਦਾ ਪਿਆ ਯਾਨੀ ਕਿ ਇਹ ਪੱਖੇ ਦੇ ਵਿੱਚ ਕਰੰਟ ਹੋਊਗਾ ਤਾਂ ਜਗਦਾ ਨਹੀਂ ਪੱਖੇ ਤੇ ਘਟ ਜਗਦਾ ਹੁੰਦਾ ਜਿਹੜਾ ਫਰਿੱਜ ਦੇ ਨਾਲ ਪਲੱਗ ਲੱਗਾ ਹੋਇਆ ਤਿੰਨਾਂ ਪਿੰਨਾਵਾਂ ਵਾਲਾ ਠੀਕ ਹੈ ਜੀ ਇਹਦੇ ਤੇ ਜਗਦਾ ਜਿਹੜਾ ਮਾਈਕ੍ਰੋਵੇਵ ਨੂੰ ਪੈਨਲ ਪਲੱਗ ਲੱਗਾ ਹੋਇਆ ਇਹ ਤਿੰਨਾਂ ਪਿੰਨਾਵਾਂ ਵਾਲਾ ਜਿਹੜਾ ਕੰਪਿਊਟਰ ਨੂੰ ਪਲੱਗ ਲੱਗਾ ਉਹ ਵੀ ਤਿੰਨਾਂ ਪਿੰਨਾਵਾਂ ਵਾਲਾ ਹੁੰਦਾ ਇਸ ਤੋਂ ਬਾਅਦ ਜਿਹੜਾ ਪ੍ਰੈਸ ਨੂੰ ਪਲੱਗ ਲੱਗਾ ਹੋਇਆ ਇਹ ਵੀ ਤਿੰਨਾ ਪਿੰਨਾ ਵਾਲਾ ਜੇ ਆਪਾਂ ਵਾਸ਼ਿੰਗ ਮਸ਼ੀਨ ਦੀ ਗੱਲ ਕਰਦੇ ਆਂ ਦੀ ਵੇਲੇ ਬਾਡੀ ਜਿਹੜੀ ਸਾਰੀ ਪਲਾਸਟਿਕ ਦੀ ਹੁੰਦੀ ਆ ਪਰ ਇਹਨੂੰ ਵੀ ਇੱਥੇ ਮੈਂ ਤੁਹਾਨੂੰ ਦਿਖਾਉਣਾ ਕਿ ਤਿੰਨਾ ਪਿੰਨਾ ਵਾਲਾ ਜਿਹੜਾ ਪਲੱਗ ਇਹਨੂੰ ਵੀ ਲਗਾਇਆ ਹੋਇਆ ਇਹ ਆਪਾਂ ਤੀਜੀ ਪੈਨ ਦੀ ਮਹੱਤਤਾ ਵੀ ਇਸ ਵੀਡੀਓ ਦੇ ਵਿੱਚ ਹੀ ਜਾਣਾਂਗੇ ਇੱਕ ਆਪਣੇ ਕੋਲ ਇੱਥੇ ਹੀਟਰਾਂ ਜੀ ਆਪਣੇ ਕੋਲੇ ਹੀਟਰਾਂ ਪਲੱਗ ਇਹਨੂੰ ਵੀ ਤੁਸੀਂ ਵੇਖ ਰਹੇ ਹੋ ਕਿ ਤਿੰਨਾ ਪਿੰਨਾ ਵਾਲਾ ਹੀ ਆ ਵੇਖੋ ਪਾਵਰ ਪਲੱਗ 16 ਐਂਪੀਰ ਵਾਲਾ ਸਾਕਟ ਇੰਡਕਸ਼ਨ ਕੁੱਕਰ ਆ ਇੰਡਕਸ਼ਨ ਦਾ ਪਲੱਗ ਆਪਾਂ ਲਾਦਨੇ ਆ ਵੀ ਤਿੰਨਾ ਪ੍ਰਨਾਲ ਆ ਹੁਣ ਇਹਨੂੰ ਆਪਾਂ ਇੱਥੇ ਲਗਾ ਦਿੱਤਾ ਤੇ ਇਸ ਤੋਂ ਬਾਅਦ ਮੈਂ ਆ ਦਿਖਾਉਣਾ ਕਿ ਇਹਨੂੰ ਮੈਂ ਲਗਾਇਆ ਜੀ ਟੈਸਟ ਪੈਨ ਤੇ ਤੁਸੀਂ ਦੇਖ ਰਹੇ ਹੋ ਕਿ ਇਹਦੇ ਤੇ ਚੁੱਲ੍ਹੇ ਤੇ ਟੈਸਟ ਪੈਨ ਜਗਦਾ ਪਿਆ ਮਤਲਬ ਕਿ ਜਿਹੜੀਆਂ ਮੇਨ ਚੀਜ਼ਾਂ ਖਾਸ ਕਰਕੇ ਤੁਸੀਂ ਇਹ ਦੇਖੀਆਂ ਜਿਹੜੀਆਂ ਲੋਹੇ ਦੀ ਬਾਡੀ ਵਾਲੀਆਂ ਚੀਜ਼ਾਂ ਉਹਨੂੰ ਤਿੰਨਾ ਪਿੰਨਾ ਦੇ ਸ਼ੌਕ ਦਤੇ ਹੋਏ ਆ ਆਪਣੀ ਸੇਫਟੀ ਦੇ ਲਈ ਪਰ ਕਦੇ ਵੀ ਆਪਾਂ ਉਹਨੂੰ ਨਹੀਂ ਵਰਤੇ ਤੇ ਇਸੇ ਲਈ ਜਿਹੜੇ ਇਹ ਇਹ ਟੈਸਟ ਪੈਨ ਤੁਸੀਂ ਵੇਖ ਲਈ ਫੁੱਲ ਜਗਦਾ ਪਿਆ ਜਦੋਂ ਹੁਣ ਹਰ ਸਮੇਂ ਮੰਨ ਕੇ ਚੱਲੋ ਵੀ ਇਹ ਚੁੱਲਾ ਚੁੱਲੇ ਦੇ ਉੱਪਰ ਆਪਾਂ ਤਵਾ ਵੀ ਰੱਖਣਾ ਤੇ ਤਵੇ ਤੋਂ ਬਾਅਦ ਜੋ ਰੋਟੀ ਵਗੈਰਾ ਲਾਉਣੀ ਉਹਦੋਂ ਆਪਣਾ ਹੱਥ ਵੀ ਟੱਚ ਹੋਊਗਾ ਤੇ ਉਦੋਂ ਵੀ ਆਪਾਂ ਨੂੰ ਕਰੰਟ ਦਾ ਖਤਰਾ ਹੁੰਦਾ ਪਰ ਇਹ ਜਿਹੜਾ ਕਰੰਟ ਹੈ ਕਿੰਨਾ ਕੁ ਖਤਰਨਾਕ ਹੈ ਇਹਦੇ ਬਾਰੇ ਆਜੋ ਆਪਾਂ ਥੋੜਾ ਜਿਹਾ ਜਾਣਦੇ ਆ ਦੇਖੋ ਇਹ ਜਿੰਨੀਆਂ ਚੀਜ਼ਾਂ ਤੇ ਮੈਂ ਤੁਹਾਨੂੰ ਟੈਸਟ ਪੈਨ ਲਗਾ ਕੇ ਦਿਖਾਇਆ ਕਿਉਂ ਜਗਦਾ ਅਸਲ ਦੇ ਵਿੱਚ ਜਿਹੜੀ ਫਰਿੱਜ ਆ ਇਹ ਵੀ ਇਨਵਰਟਰ ਟੈਕਨੋਲੋਜੀ ਵਾਲੀ ਆ ਇਹਦੇ ਵਿੱਚ ਵੀ ਐਸਐਮਪੀਐਸ ਸਪਲਾਈ ਆ ਜਿਹੜਾ ਮਾਈਕ੍ਰੋਵੇਵ ਹੋ ਗਿਆ ਇਹਦੇ ਵਿੱਚ ਵੀ ਐਸਐਮਪੀਐਸ ਸਪਲਾਈ ਹੁੰਦੀ ਆ ਜਿਹੜਾ ਕੰਪਿਊਟਰ ਇਹਦੇ ਵਿੱਚ ਵੀ ਐਸਐਮਪੀਐਸ ਸਪਲਾਈ ਆ ਜਾਂ ਜਿਵੇਂ ਕੈਮਰੇ ਹੋਵੇ ਕੈਮਰੇ ਦਾ ਡੀਵੀਆਰ ਉਹਦੇ ਤੇ ਵੀ ਇਹ ਜਗੂਗਾ ਇੱਕ ਚੀਜ਼ ਤੁਸੀਂ ਇੱਥੇ ਹੋਰ ਨੋਟ ਕਰਿਓ ਕਿ ਜਿੰਨੀਆਂ ਵੀ ਇਹ ਚੀਜ਼ਾਂ ਹੋਣੀਆਂ ਜਿੰਨਾਂ ਤੇ ਇਹ ਟੈਸਟ ਪੈਨ ਜਗਦਾ ਉਹਦੇ ਨਾਲ ਇੱਕ ਪਲੱਗ ਦੇ ਵਿੱਚ ਤੀਜੀ ਪੈਨ ਦਿੱਤੀ ਹੋਊਗੀ ਜਿਨੂੰ ਕੇ ਕਦੇ ਵੀ ਆਪਾਂ ਜ਼ਿਆਦਾ ਸੀਰੀਅਸ ਨਹੀਂ ਲਿਆ ਅਸਲ ਦੇ ਵਿੱਚ ਜਿਹੜਾ ਇਹ ਟੈਸਟ ਪੈਂਦਾ ਜੇਕਰ ਉਹ ਤੀਜੀ ਪੈਨਲ ਲਗਾਈ ਹੋਊਗੀ ਫਿਰ ਇਹ ਨਹੀਂ ਚੱਲੇਗਾ ਕਿਉਂਕਿ ਇਹਨਾਂ ਦੇ ਵਿੱਚ ਲੀਕੇਜ ਕਰੰਟ ਪੈਦਾ ਹੁੰਦਾ ਲੀਕੇਜ ਕਰੰਟ ਪੈਦਾ ਉਦੋਂ ਹੁੰਦਾ ਜਿਵੇਂ ਐਸਐਮਪੀਐਸ ਸਪਲਾਈ ਆ ਇਹਦੇ ਵਿੱਚ ਇੱਕ ਛੋਟਾ ਟਰਾਂਸਫਾਰਮਰ ਲਗਾਉਂਦਾ ਹਾਈ ਫ੍ਰੀਕੁਐਂਸੀ ਵਾਲਾ ਇਸ ਲਈ ਜਿੰਨੀਆਂ ਵੀ ਐਸਐਮਪੀਐਸ ਸਪਲਾਈ ਆ ਇਹਨੂੰ ਤੀਜੀ ਪੈਨਲ ਲਗਾਈ ਹੁੰਦੀ ਹੈ ਯਾਨੀ ਕਿ ਜਿਹੜਾ ਲੀਕੇਜ ਕਰੰਟ ਆ ਉਹ ਧਰਤੀ ਦੇ ਵਿੱਚ ਆਪਾਂ ਭੇਜ ਦਈਏ ਅਰਥ ਕਰਦਗੇ ਆ ਕਰਕੇ ਅਰਥ ਲਗਾਏ ਜਾਂਦਾ ਜੀ ਅਰਥ ਦੇ ਲਈ ਇਹ ਤੀਜੀ ਪੈਨ ਲਗਾਈ ਹੁੰਦੀ ਆ ਪਰ ਜੇ ਆਪਾਂ ਗੱਲ ਕਰਦੇ ਆ ਪ੍ਰੈਸਾਂ ਇਹਦੇ ਵਿੱਚ ਤਾਂ ਐਸਐਮਪੀਐਸ ਸਪਲਾਈ ਹੈ ਨਹੀਂ ਜਾਂ ਜਿਹੜਾ ਇਹ ਪਾਣੀ ਗਰਮ ਕਰਨ ਵਾਲਾ ਗੀਜਰਾਂ ਜਾਂ ਚੁੱਲ੍ਹਾ ਇਹਦੇ ਵਿੱਚ ਤਾਂ ਇਹ ਚੀਜ਼ ਹੈ ਨਹੀਂ ਕਿ ਫਿਰ ਇਹਦੇ ਵਿੱਚ ਕਿਉਂ ਜਾਗਦਾ ਜਿਹੜਾ ਇਹ ਐਲੀਮੈਂਟ ਹੁੰਦਾ ਹੀਟਿੰਗ ਐਲੀਮੈਂਟ ਹੁੰਦਾ ਇਹਦੇ ਚਾਰਜ ਫਿਰ ਇੱਕ ਤਰ੍ਹਾਂ ਦਾ ਪਾਊਡਰ ਪਾਇਆ ਜਾਂਦਾ ਜੀ ਵੈਸੇ ਤਾਂ ਉਹ ਪਿਓਰ ਇਨਸੂਲੇਟ ਹੁੰਦਾ ਯਾਨੀ ਕਿ ਕਾਫੀ ਵੋਲਟੇਜ ਤੱਕ ਹੁੰਦਾ ਫਿਰ ਵੀ ਉਹਦੇ ਵਿੱਚ ਦੀ ਥੋੜਾ ਜਿਹਾ ਕਰੰਟ ਲੀਕ ਹੋ ਜਾਂਦਾ ਉਹਦੇ ਰਹੀਂ ਕਰੰਟ ਲੀਕ ਹੁੰਦਾ ਰਹਿੰਦਾ। ਇਹਦੀ ਬਾਡੀ ਲੋਹੇ ਦੀ ਹੁੰਦੀ ਆ। ਮੈਟਲ ਦੀ ਹੁੰਦੀ ਕਿਸੇ ਦੀ ਵੀ ਤੇ ਉਹਦੇ ਵਿੱਚ ਉਹ ਜਿਹੜਾ ਕਰੰਟ ਆ ਨਿਕਲਦਾ ਲੀਕੇਜ ਕਰੰਟ ਨਿਕਲਦਾ ਤੇ ਇਹਦੇ ਵਿੱਚ ਇਹ ਜਿਹੜਾ ਟੈਸਟ ਪੈਂਦਾ ਜਗਦਾ। ਜਦੋਂ 70 ਕ ਵੋਲਟੇਜ ਹੋ ਜਾਂਦੇ ਆ ਲੀਕੇਜ ਕਰੰਟ ਦੇ ਇਹ ਵੋਲਟੇਜ ਹੁੰਦੇ ਆ ਇਹਦੇ ਵਿੱਚ ਕਰੰਟ ਨਹੀਂ ਹੁੰਦਾ ਕਿਉਂਕਿ ਜੇ 70 ਵੋਲਟ ਦੇ ਵਿੱਚ ਕਰੰਟ ਹੋਊਗਾ ਤੇ ਤੁਹਾਨੂੰ ਝਟਕਾ ਲੱਗੂਗਾ ਨੁਕਸਾਨਦਾਇਕ ਆ। ਪਰ ਜਿਹੜੇ ਵੋਲਟੇਜ ਆ ਵੋਲਟੇਜ ਦੇ ਕਰਨੇ ਦੇ ਵਿੱਚ ਇੱਕ ਲੱਗਾ ਹੁੰਦਾ ਨਿਯੋਨ ਬਲਬ ਇਹਦਾ ਕੰਮ ਇਹੀ ਹੁੰਦਾ ਜਦੋਂ ਇਹਨੂੰ ਵੋਲਟੇਜ ਮਿਲੇ ਇਹਨੂੰ ਕਰੰਟ ਦੀ ਲੋੜ ਨਹੀਂ ਹੁੰਦੀਗੀ ਵੋਲਟੇਜ ਮਿਲੇ ਤੇ ਇਹ ਜਗ ਪੈਂਦਾ ਹੁਣ 80 ਕ ਵੋਲਟੇਜ ਜਦੋਂ ਮਿਲਦੀ ਹੈ ਤੇ ਇਹ ਜਗ ਪੈਂਦਾ ਜੀ ਇੱਥੇ ਹੁਣ ਮੈਂ ਕੀ ਕੀਤਾ ਤੁਸੀਂ ਵੀ ਆਪਣੇ ਘਰ ਦੇ ਵਿੱਚ ਕਰ ਸਕਦੇ ਹੋ ਇਹ ਕੰਮ ਜੇ ਤੁਸੀਂ ਇਸ ਕਰੰਟ ਤੋਂ ਬਚਣਾ ਦੇਖੋ ਸਾਰੇ ਬੈਰਿੰਗ ਦੇ ਵਿੱਚ ਤਾਂ ਕਿਸੇ ਕਿਸੇ ਘਰ ਦੇ ਵਿੱਚ ਜਿਹੜੇ ਨਵੇਂ ਘਰ ਪੈ ਰਹੇ ਹੋ ਤਾਂ ਚਲੋ ਅਰਥ ਵਾਲੀ ਤਾਰ ਪਾ ਰਹੇ ਆ ਜੇਕਰ ਤੁਹਾਡਾ ਘਰ ਪੁਰਾਣਾ ਤੁਸੀਂ ਕੀ ਕਰੋਗੇ ਜਿੱਥੇ ਤੁਹਾਡੀ ਫਰਿੱਜ ਲੱਗੀ ਹੋਈ ਆ ਜਿੱਥੇ ਤੁਸੀਂ ਚੁੱਲਾ ਲਗਾਉਨੇ ਆ ਕੰਪਿਊਟਰ ਲੱਗਾ ਹੋਇਆ ਮਾਈਕ੍ਰੋਵੇਵ ਲੱਗਾ ਹੋਇਆ ਜਿਹੜੀਆਂ ਵੀ ਉਹ ਚੀਜ਼ਾਂ ਲਗਾਉਨੇ ਆ ਜਿਹਦੇ ਵਿੱਚ ਕਿ ਤਿੰਨ ਪਿੰਨਾ ਹੋਏਗਾ ਜਿਹੜੀ ਉਹ ਤੀਜੀ ਪਿੰਨਾ ਉਹਦੇ ਨਾਲ ਤੁਸੀਂ ਇੱਕ ਅਰਥ ਵਾਲੀ ਤਾਰ ਪਾ ਦਿਓ ਅਰਥ ਵਾਲੀ ਤਾਰ ਪਾ ਕੇ ਬਾਹਰ ਲੈ ਆਓ ਜਿਵੇਂ ਮੈਂ ਇੱਥੇ ਲੈ ਕੇ ਆਂਦੀ ਹੋਈ ਆ ਜੀ ਹੁਣ ਜਿੰਨਾ ਵੀ ਲੀਕੇਜ ਕਰੰਟ ਹੋਊਗਾ ਇਸ ਤਾਰ ਦੇ ਰਾਹੀਂ ਇਸ ਜਗ੍ਹਾ ਤੇ ਆ ਚੁੱਕਿਆ ਜੀ ਮੈਂ ਇੱਥੇ ਮਲਟੀਮੀਟਰ ਲਗਾ ਕੇ ਤੁਹਾਨੂੰ ਦਿਖਾਉਣਾ ਚਾਹਣਾ ਦੇਖੋ ਅੰਦਰ ਫਰਿੱਜ ਤੇ ਕੰਪਿਊਟਰ ਤੇ ਨਾਲ ਦੀ ਨਾਲ ਆਪਰੇਸਟਾ ਬੰਦ ਕੀਤੀ ਹੋਈ ਆ ਇਹ ਦੋ ਤਿੰਨ ਚੀਜ਼ਾਂ ਚੱਲਦੀਆਂ ਜੀ ਨਾਲ ਕੈਮਰੇ ਚੱਲਦੇ ਆ ਇਹਨਾਂ ਤਿੰਨਾਂ ਦਾ ਜਿਹੜਾ ਕਿਉਂਕਿ ਐਸਐਮਪੀਐਸ ਸਪਲਾਈ ਆ ਲੀਕੇਜ ਕਰੰਟ ਆ ਇਹ ਇਸ ਤਾਰ ਦੇ ਵਿੱਚ ਆ ਚੁੱਕਿਆ ਜੀ ਇਹ ਇੱਥੇ ਤੁਸੀਂ ਦੇਖ ਰਹੇ ਹੋ ਜੀ 80 ਤੋਂ 82 ਵੋਲਟੇਜ ਆ ਰਹੇ ਆ ਜੀ ਇਹ ਵੋਲਟੇਜ ਆ ਇਹਦੇ ਵਿੱਚ ਕਰੰਟ ਨਹੀਂਗਾ ਇਹ ਖਤਰਨਾਕ ਵੈਸੇ ਨਹੀਂ ਹੁੰਦੇਗੇ ਪਰ ਆਪਾਂ ਨੂੰ ਝਟਕਾ ਇੱਕ ਵਾਰੀ ਲਗਾਉਂਦੇ ਆ ਹੁਣ ਇਸ ਚੀਜ਼ ਨੂੰ ਮੈਂ ਕੀ ਕਰੂੰਗਾ ਕਿ ਇੱਥੇ ਤੁਸੀਂ ਦੇਖ ਰਹੇ ਹੋ ਜੀ ਆਪਾਂ ਅਰਥ ਕੀਤਾ ਹੋਇਆ ਤੇ ਮੈਂ ਅਰਥ ਦੇ ਨਾਲ ਜੋੜ ਦੂੰਗਾ ਜਿਵੇਂ ਮੈਂ ਇਹਨੂੰ ਅਰਥ ਦੇ ਨਾਲ ਜੋੜਿਆ ਜਿੰਨੇ ਵੀ ਇਹ ਲਈ ਕਈ ਕਰੰਟ ਸੀ ਉਹ ਸਾਰੇ ਧਰਤੀ ਦੇ ਵਿੱਚ ਚਲੇ ਗਏ ਹੁਣ ਮਤਲਬ ਕਿ ਆਪਾਂ ਜਦੋਂ ਇਹਦੇ ਤੇ ਟੈਸਟ ਪੈਨ ਲਗਾਵਾਂਗੇ ਕਿਸੇ ਵੀ ਚੀਜ਼ ਤੇ ਉੱਥੇ ਇਸ ਸਮੇਂ ਟੈਸਟ ਪੈਨ ਨਹੀਂ ਜਗੂਗਾ ਇਹ ਸੀ ਜੀ ਲੀਕੇਜ ਕਰੰਟ ਉਸ ਤੋਂ ਬਾਅਦ ਜਿਹੜੀ ਖਤਰਨਾਕ ਚੀਜ਼ ਹੁੰਦੀ ਆ ਮੰਨ ਕੇ ਚੱਲੋ ਵੀ ਆਪਣੇ ਕੋਈ ਛੱਤ ਵਾਲਾ ਪੱਖਾ ਛੱਤ ਵਾਲੇ ਪੱਖੇ ਦੇ ਵਿੱਚ ਮੈਂ ਤੁਹਾਨੂੰ ਇੱਥੇ ਦਿਖਾਉਣਾ ਚਾਹੁੰਨਾ ਮੈਂ ਇੱਕ ਸਟੇਟਰ ਕੱਢਿਆ ਹੋਇਆ ਛੱਤ ਵਾਲਾ ਪੱਖਾ ਵੀ ਹੋ ਸਕਦਾ ਕੋਈ ਹੋਰ ਵੀ ਪੱਖਾ ਹੋ ਸਕਦਾ ਕੋਈ ਵੀ ਮੋਟਰ ਹੋ ਸਕਦੀ ਹੈ ਇੰਡਕਸ਼ਨ ਮੋਟਰ ਹੋ ਸਕਦੀ ਹੈ ਕਿਸੇ ਵੀ ਤਰ੍ਹਾਂ ਦੀ ਇਹਦੇ ਵਿੱਚ ਜਦੋਂ ਕਰੰਟ ਆਇਆ ਇਹ ਖਤਰਨਾਕ ਹੋਊਗਾ ਕਿਉਂਕਿ ਇਹ ਕਰੰਟੇ ਦਾ ਉਦੋਂ ਆਉਂਦਾ ਹੁੰਦਾ ਜਦੋਂ ਇਹਦੇ ਵਿੱਚ ਜਿਹੜੇ ਪੇਪਰ ਲੱਗੇ ਹੁੰਦੇ ਆ ਜਿਹੜਾ ਇਹਦਾ ਸਟੇਟਰ ਆ ਤੁਸੀਂ ਵੇਖ ਰਹੇ ਹੋ ਸਟੇਟਰ ਤੇ ਕੋਇਲ ਕੋਇਲ ਦੇ ਵਿੱਚ ਆਪਾਂ ਇੱਕ ਪੇਪਰ ਪਾਉਨੇ ਆ ਤਾਂ ਕਿ ਜਿਹੜੀ ਇਹਦੀ ਤਾਂਬੇ ਦੀ ਤਾਰ ਆ ਉਹ ਲੋਹੇ ਦੇ ਨਾਲ ਟੱਚ ਨਾ ਹੋਵੇ ਜਦੋਂ ਬਾਈਚਾਂਸ ਪੇਪਰ ਹੀਟ ਹੋਗੇ ਜਾਂ ਕਿਸੇ ਵੀ ਕਾਰਨ ਤਾਂਬੇ ਦੀ ਤਾਰ ਲੋਹੇ ਦੀ ਬਾਡੀ ਨਾਲ ਟੱਚ ਹੋਣ ਲੱਗੀ ਉਸ ਤੋਂ ਬਾਅਦ ਇਹਦੇ ਵਿੱਚ ਕਰੰਟ ਆਊਗਾ ਚਾਹੇ ਆਪਣਾ ਉਹ ਸ਼ੁਰਗਾਂ ਵਾਲਾ ਪੱਖਾ ਚਾਹੇ ਫਰਾਟਾ ਫੈਨਾ ਚਾਹੇ 쿨ਰ ਆ ਜਿਹੜਾ ਉਹ ਕਰੰਟ ਹੋਊਗਾ ਉਹ ਆਪਣੇ ਲਈ ਬਹੁਤ ਖਤਰਨਾਕ ਹੁੰਦਾ ਜੀ ਉਸ ਸਮੇਂ ਫਿਰ ਜੇਕਰ ਤੁਸੀਂ ਇਹ ਟੈਸਟ ਪੈਨ ਲਗਾਉਗੇ ਟੈਸਟ ਪੈਨ ਤਾਂ ਫੁੱਲ ਜਗੂਗਾ ਆਮ ਨਾਉਂ ਜ਼ਿਆਦਾ ਜਗੂਗਾ ਤੇ ਜੇ ਬਾਈ ਜਦੋਂ ਤੁਸੀਂ ਉਹਨੂੰ ਹੱਥ ਲਗਾਉਗੇ ਉਹਦਾ ਤੁਹਾਨੂੰ ਜ਼ਿਆਦਾ ਕਰੰਟ ਵੀ ਲੱਗ ਸਕਦਾ ਤੇ ਥੋੜਾ ਵੀ ਲੱਗ ਸਕਦਾ ਕਦੇ ਵੀ ਇੱਕ ਚੀਜ਼ ਹੋਰ ਆ ਕਦੇ ਵੀ ਉਹਨੂੰ ਸਿੱਧਾ ਹੱਥ ਨਾ ਲਗਾਓ ਇਸ ਤਰ੍ਹਾਂ ਹੱਥ ਨਹੀਂ ਲਗਾਉਣਾ ਕਿਸੇ ਵੀ ਚੀਜ਼ ਨੂੰ ਹੱਥ ਲਗਾਉਣਾ ਤੁਸੀਂ ਪੁੱਠਾ ਕਰਕੇ ਲਗਾਓ ਕਿਉਂਕਿ ਜਦੋਂ ਆਪਾਂ ਸਿੱਧਾ ਹੱਥ ਲਗਾਇਆ ਆਪਣੀਆਂ ਨਾੜਾਂ ਖਿੱਚੀਆਂ ਜਾਂਦੀਆਂ ਤੇ ਆਪਣੀ ਮੁਠੀ ਮੱਚ ਜਾਂਦੀ ਆ ਮੰਨ ਕੇ ਚੱਲੋ ਆਹ ਕੱਪ ਨੇ ਕੋਲੇ ਪੱਖਾ ਜੇ ਮੈਂ ਨੂੰ ਇੱਥੋਂ ਹੱਥ ਲਗਾਇਆ ਤੇ ਇਹਦੇ ਨਾਲ ਕੀ ਹੋਊਗਾ ਮੇਰੇ ਨਾੜਾਂ ਅੰਦਰੋਂ ਖਿੱਚੀਆਂ ਗਈਆਂ ਤੇ ਆਏ ਮੁਠੀ ਮੱਚ ਜੂਗੀ ਜਦੋਂ ਮੁਠੀ ਮੱਚ ਗਈ ਇਹ ਕੋਈ ਵੀ ਆਦਮੀ ਉਹਨਾਂ ਚਿਰ ਮੁਠੀ ਨਹੀਂ ਛੱਡਾ ਸਕਦਾ ਜਿੰਨਾ ਚਿਰ ਪਿੱਛੋਂ ਸਵਿਚ ਆਫ ਨਹੀਂ ਹੁੰਦੀ ਆਪਾਂ ਆਪਾਂ ਆਪ ਤੱਕ ਕਦੇ ਵੀ ਇਹਨੂੰ ਖੋਲ ਸਕਦੇ ਜੇਕਰ ਤੁਸੀਂ ਇਸ ਤਰ੍ਹਾਂ ਇਹ ਟੱਚ ਕਰੋਗੇ ਪੁੱਠੇ ਹੱਥ ਦੇ ਨਾਲ ਫਿਰ ਮਤਲਬ ਜੇ ਉਸ ਚੀਜ਼ ਦੇ ਵਿੱਚ ਕਰੰਟ ਵਾਇਰ ਤੁਹਾਨੂੰ ਬੇਮਾਲੂਮਾ ਜਿਹਾ ਲੱਗੂਗਾ ਉਹਦੇ ਵਿੱਚ ਤੁਹਾਡੀ ਕਾਫੀ ਹੱਦ ਤੱਕ ਬਚਤ ਹੋ ਸਕਦੀ ਆ ਕਿਉਂਕਿ ਦੇਖੋ ਕਿਤੇ ਵੀ ਹੋ ਸਕਦਾ ਕਦੋਂ ਵੀ ਹੋ ਸਕਦਾ ਕੋਈ ਵੀ ਸ਼ਾਰਟ ਸਰਕਟ ਹੋ ਸਕਦਾ ਜਦੋਂ ਵੀ ਜਿਹੜਾ ਸਿੱਧਾ ਫੇਜ ਆ ਉਹ ਬਾਡੀ ਦੇ ਟੱਚ ਵਿੱਚ ਆਊਗਾ ਉਦੋਂ ਫਿਰ ਜਿਹੜਾ ਕਰੰਟ ਆ ਉਹ ਖਤਰਨਾਕ ਹੋਊਗਾ ਪਰ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਕਿ ਜਿੰਨੀਆਂ ਵੀ ਲੋਹੇ ਵਾਲੀਆਂ ਬਾਡੀਆਂ ਆ ਜਿਹਦੇ ਵਿੱਚ ਪ੍ਰੈਸ ਹੋ ਗਈ ਮਾਈਕ੍ਰੋਵੇਵ ਹੋ ਗਿਆ ਫਰਿੱਜ ਹੋ ਗਈ ਕੁਝ ਵੀ ਬਾਈ ਚਾਂਸੇ ਸ਼ਾਰਟ ਹੋ ਗਏ ਠੀਕ ਆ ਜੀ ਸ਼ਾਰਟ ਹੋਣ ਤੋਂ ਬਾਅਦ ਉਹਨਾਂ ਨੇ ਜਿਹੜਾ ਟੱਚ ਦਾ ਬਾਡੀ ਦੇ ਨਾਲ ਹੀ ਹੋਣਾ ਲੋਹੇ ਵਾਲੀ ਦਾ ਤੇ ਲੋਹੇ ਵਾਲੀ ਬਾਡੀ ਦੇ ਨਾਲ ਜਿਹੜੀ ਤੀਜੀ ਪੈਨ ਹੁੰਦੀ ਹੈ ਮੋਟੀ ਅਰਥ ਵਾਲੀ ਇਹ ਉਹਦੇ ਨਾਲ ਲੱਗੀ ਹੁੰਦੀ ਆ ਤਾਰ ਉਹ ਸਿੱਧੀ ਆਪਾਂ ਇਹਦੇ ਵਿੱਚ ਕਰ ਦਿੰਦੇ ਗਰਾਉਂਡ ਦੇ ਵਿੱਚ ਉਹਦੇ ਨਾਲ ਕੀ ਹੋਊਗਾ ਕਿ ਜੇਕਰ ਤੁਹਾਡੇ ਪਿੱਛੇ ਮੇਨ ਸਵਿਚ ਤੇ ਸਹੀ ਅੰਪੀਅਰ ਦੇ ਐਮਸੀਬੀ ਲੱਗੇ ਹੋਏ ਆ ਉਹ ਓਵਰਲੋਡ ਹੋਣ ਦੇ ਕਰਕੇ ਟਰਿੱਪ ਹੋਣਗੇ ਵਾਰ-ਵਾਰ ਆਪਾਂ ਨੂੰ ਪਤਾ ਲੱਗੂਗਾ ਕਿ ਇੱਥੇ ਜਿਹੜਾ ਸ਼ਾਰਟ ਸਰਕਟ ਕਿਤੇ ਨਾ ਕਿਤੇ ਹੈਗਾ ਕਿਉਂਕਿ ਦੇਖੋ ਜਿਹੜਾ ਉਹ ਕਰੰਟ ਆ ਉਹ ਸਿੱਧਾ ਧਰਤੀ ਦੇ ਵਿੱਚ ਜਾ ਰਿਹਾ ਓਵਰਲੋਡ ਹੋ ਰਿਹਾ ਕੰਮ ਓਵਰਲੋਡ ਹੋਣ ਦੇ ਨਾਲ ਵਾਰ-ਵਾਰ ਉਹ ਜਿਹੜੇ ਐਮਸੀਬੀ ਆ ਟਰਿੱਪ ਹੋਣਗੇ ਪਰ ਕਦੇ ਵੀ ਆਪਾਂ ਇਹ ਦੇਖਿਆ ਜਿੰਨੇ ਵੀ ਆਪਣੇ ਘਰ ਦੇ ਵਿੱਚ ਐਮਸੀਬੀ ਲੱਗੇ ਹੁੰਦੇ ਆ ਉਹ ਜੇ ਤੁਹਾਡੇ 16 ਐਂਪੀਅਰ ਦੀ ਲੋਡ ਆ ਤੇ ਉੱਥੇ ਆਪਾਂ ਕਈ ਵਾਰੀ 64 ਐਂਪੀਅਰ ਦਾ ਵੀ ਲਾ ਦਿੰਨੇ ਆ ਵੀ ਵੱਡਾ ਹੀ ਲਾਓ ਵਾਰ-ਵਾਰ ਕਿੱਥੇ ਸੱਟਾਂਗੇ ਜਿਹੜੀ ਐਮਸੀਬੀ ਆ ਹਮੇਸ਼ਾ ਸਹੀ ਰੇਟਿੰਗ ਦੀ ਲਗਾਓ ਕਿਉਂਕਿ ਇਹ ਤੁਹਾਡੀ ਕਾਫੀ ਹੱਦ ਤੱਕ ਬਚਤ ਕਰਦੀ ਆ ਫਿਊਜ ਕਦੇ ਵੀ ਮੋਟਾ ਨਾ ਲਗਾਓ ਜਿਹੜਾ ਇਹ ਵਾਲਾ ਅਰਥ ਆ ਫਿਰ ਆਪਾਂ ਨੂੰ ਉਦੋਂ ਬਚਾਉਂਦਾ ਜਦੋਂ ਇਹ ਚੀਜ਼ਾਂ ਕਦੇ ਸ਼ਾਰਟ ਹੋਵਾਂਗਾ ਜੀ ਇਹ ਜਨਨ ਕਿ ਤੁਸੀਂ ਨਿਸ਼ਾਨੀ ਰੱਖਣੀ ਆ ਵੀ ਇਹ ਜ਼ਿਆਦਾ ਤਾਂ ਨਹੀਂ ਜਗਦਾ ਜੇਕਰ ਜ਼ਿਆਦਾ ਜਗਦਾ ਤੁਸੀਂ ਕਿਸੇ ਮਕੈਨਿਕ ਨੂੰ ਸੱਦੋ ਮਕੈਨਿਕ ਨੂੰ ਸੱਦਣ ਤੋਂ ਬਾਅਦ ਇਹਨੂੰ ਚੈੱਕ ਕਰਵਾ ਕੇ ਜਿਹੜਾ ਇਹ ਆਪਦਾ ਕੋਈ ਵੀ ਸਮਾਨ ਉਹਨੂੰ ਸਹੀ ਕਰਵਾਓ ਜੀ ਕਦੇ ਵੀ ਇਸ ਚੀਜ਼ ਦਾ ਰਿਸਕ ਨਹੀਂ ਲੈਣਾ ਹੁੰਦਾ ਤੇ ਇਹਨਾਂ ਕੰਮ ਤੁਸੀਂ ਖੁਦ ਕਰਵਾ ਕੇ ਰੱਖੋਗੇ ਜਿਹੜੀਆਂ ਮੇਨ ਮੇਨ ਚੀਜ਼ ਆ ਤਿੰਨ ਪੈਨ ਵਾਲੀਆਂ ਜਿੰਨੀਆਂ ਵੀ ਤਿੰਨ ਪੈਨ ਵਾਲੀਆਂ ਚੀਜ਼ਾਂ ਹੈਗੀਆਂ ਜਿਹਦੇ ਨਾਲ ਤੀਜੀ ਪੈਨ ਲਗਾਈ ਗਈ ਆ ਉਹਨਾਂ ਨੂੰ ਤੁਸੀਂ ਅਰਥ ਕਰੋ ਕਾਫੀ ਚੀਜ਼ਾਂ ਤੁਹਾਡਾ ਇਹ ਬਚਤ ਹੋ ਸਕਦੀ ਹੈ ਜੀ ਅੱਜ ਦੀ ਆਪਣੀ ਵੀਡੀਓ ਇੰਨੀ ਸੀ ਜੇ ਕੋਈ ਇਹਦੇ ਵਿੱਚ ਕੁਝ ਕਮੀ ਰਹਿ ਗਈ ਤਾਂ ਤੁਸੀਂ ਕਮੈਂਟ ਕਰ ਦਿਓ ਆਪਾਂ ਉਸ ਚੀਜ਼ ਤੇ ਫਿਰ ਅੱਗੇ ਉਹਨੂੰ ਅਪਡੇਟ ਹੋਰ ਕਰਾਂਗੇ ਜੀ ਠੀਕ ਆ ਜੀ ਧੰਨਵਾਦ